ਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਦੇ ਮੱਦੇਨਜ਼ਰ ਮੀਟਿੰਗਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹਨਾਂ ਮੀਟਿੰਗਾਂ ਦਾ ਮੁੱਖ ਮੰਤਵ ਆਗਾਮੀ ਲੋਕ ਸਭਾ ਚੋਣਾਂ ਲਈ ਚੋਣ ਰਣਨੀਤੀ ਤੋਂ ਤਿਆਰ ਕਰਨਾ ਹੈ। ਇਸ ਦੇ ਨਾਲ ਹੀ ਸ਼ਵੇਤ ਮਲਿਕ ਨੇ ਕੈਪਟਨ ਸਰਕਾਰ ਅਤੇ ਆਮ ਆਦਮੀ ਪਾਰਟੀ ਦੀਆਂ ਗਤੀਵਿਧੀਆਂ ਤੇ ਖੂਬ ਤੰਜ ਕਸੇ। ਰੂਟੀਨ ਕੋਆਰਡੀਨੇਸ਼ਨ ਮੀਟਿੰਗ ਹੈ ਬੀਜੇਪੀ ਔਰ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਟੇਟ ਲੀਡਰਸ਼ਿਪ ਹੈ ਔਰ ਇਹ ਹੁੰਦੀ ਰਹਿੰਦੀ ਹੈ ਕਿਉਂਕਿ ਦੋਨਾਂ ਪਾਰਟੀਜ਼ ਦਾ ਅਲਾਇੰਸ ਹੈ। ਕਾਮਨ ਮਿਨੀਮਮ ਏਜੰਡਾ ਜੋ ਹੈ ਸਾਡਾ ਉਹਦੇ ਉੱਤੇ ਆਪਸ ਵਿੱਚ ਡਿਸਕਸ਼ਨ ਹੁੰਦੀ ਰਹਿੰਦੀ ਹੈ ਔਰ ਕਈ ਮੁੱਦੇ ਨੇ ਉਹਦੇ 'ਚ। ਇਲੈਕਸ਼ਨ ਵੀ ਹੈ, ਨੈਚੁਰਲੀ ਇਲੈਕਸ਼ਨ ਆ ਰਿਹਾ ਔਰ ਇਲੈਕਸ਼ਨ ਬੜਾ ਅੱਛਾ ਆ ਰਿਹਾ। ਅੱਜ ਜੋ ਮੋਦੀ ਸਰਕਾਰ ਦੀਆਂ ਉਪਲਬਧੀਆਂ ਨੇ ਉਹ ਸਾਡੇ ਲਈ ਬੜਾ ਵੱਡਾ ਐਸੈਟ ਹੈ ਔਰ ਕਾਂਗਰਸ ਦੀ ਪੰਜਾਬ ਦੀ ਗੌਰਮੈਂਟ ਦਾ ਫੇਲੀਅਰ ਕਿ ਜੋ ਕੈਪਟਨ ਅਮਰਿੰਦਰ ਦੀ ਗੌਰਮੈਂਟ ਦਾ ਫੇਲੀਅਰ ਹੈ। ਸੋ ਇਲੈਕਸ਼ਨ 'ਤੇ ਨਜ਼ਰ ਆ ਰਿਹਾ ਕਿ ਇੱਕ ਪਾਸੇ ਪਰਫੋਰਮਰ ਹੈ ਜਿਹੜੇ ਕਿ ਬੀਜੇਪੀ ਔਰ ਸ਼੍ਰੋਮਣੀ ਅਕਾਲੀ ਦਲ ਹੈ ਔਰ ਇੱਕ ਪਾਸੇ ਜੋ ਲੋਕ ਫੇਲ ਹੋਏ ਨੇ ਬੈਡਲੀ ਫੇਲਡ ਆਫਟਰ 2 ਈਅਰਸ ਕੈਪਟਨ ਅਮਰਿੰਦਰ ਗੌਰਮੈਂਟ। ਸੋ ਮੈਂ ਸਮਝਦਾ ਵਾਂ ਕਿ ਆਉਣ ਵਾਲੇ ਸਮੇਂ ਲਈ ਇਹ ਮੀਟਿੰਗ ਬੜੀ ਮਹੱਤਵਪੂਰਨ ਰਹੇਗੀ ਔਰ ਆਪਸੀ ਸੰਬੰਧਾਂ ਲਈ ਕਈ ਹੋਰ ਮੁੱਦੇ ਵੀ ਇਹ ਏਜੰਡਾ 'ਤੇ ਕੋਈ ਪਹਿਲੇ ਐਸਾ ਨਹੀਂ ਹੈ ਕਿ ਕੋਈ ਇਹ ਮੀਟਿੰਗ ਕਿਸੇ ਗੌਰਮੈਂਟ ਬਾਡੀ ਦੀ ਹੈ। ਏਜੰਡਾ 'ਤੇ ਉਸ ਵੇਲੇ ਬਣਾਇਆ ਜਾਂਦਾ ਜਿਸ ਵੇਲੇ ਮੀਟਿੰਗ ਸਟਾਰਟ ਹੁੰਦੀ ਹੈ ਔਰ ਕੋਈ ਐਸਾ ਫਿਕਸ ਏਜੰਡਾ ਨਹੀਂ ਹੁੰਦਾ। ਕਈ ਤਰ੍ਹਾਂ ਦੇ ਮੁੱਦੇ ਹੁੰਦੇ ਨੇ ਜਿਹਦੇ ਲਈ ਕਿ ਪਾਰਟੀ ਦੀ ਸਟ੍ਰੈਟਜਿਕ ਪਲੈਨਿੰਗ ਹੁੰਦੀ ਹੈ ਕਿ ਅਸੀਂ ਸਟ੍ਰੈਟਜੀ ਕੀ ਬਣਾਉਣੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਔਰ ਵਰਕਰ ਮੋਬਲਾਈਜੇਸ਼ਨ ਕਿਸ ਤਰ੍ਹਾਂ ਕਰਨੀ ਹੈ, ਪਾਰਟੀਜ਼ ਦੀ ਐਕਸਪੈਂਸ਼ਨ ਕਿਸ ਤਰ੍ਹਾਂ ਕਰਨੀ ਹੈ। ਆਪਸ ਵਿੱਚ ਇਸ ਟਾਈਪ ਦੀ ਚਰਚਾ ਨਿਰੰਤਰ ਚੱਲਦੀ ਰਹਿੰਦੀ ਹੈ। ਸੋ ਇਹ ਰੂਟੀਨ ਮੀਟਿੰਗ